माइंड वॉश नहीं किया जा सकता। ये भी तुम जो एफ आई आर करोगे वो लोग इलीगल असले जिन्होंने रखे हुए उन्होंने रखने ही है। जो हम थोड़ा गाना कोई ऐसा आ गया फिर तुम की कहोगे? करूंगी, बिल्कुल हाँ करूंगी। मैनू जो किसी वधिया आर्टिस्ट का कोई गाना मिलेगा या मैं काम मिलेगा किसी वधिया आर्टिस्ट ना करना तो उपरों मैं चंगे पैसे देने जी थोड़ू असी पर डे का इन्ना पे करते हैं तो मैं ये चीज़ नहीं देखूंगी। उस मैं गन में हाथ से फड़ के शूट करना पै रहा तो मैं नहीं करूँगी। मैं तो अपना फायदा देखूंगी ना। ओबियसली FIR ਲਈ ਰੈਡੀ ਹੋ? FIR ਕਰਨ ਨਾਲੋਂ ਜਾਂ ਕਿਸੇ ਤੇ ਕਰਨ ਨਾਲੋਂ ਇਹਦੇ ਨਾਲੋਂ ਬੈਟਰ ਇਹੀ ਹੋਊਗਾ ਵੀ ਜੇ ਤੁਸੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਸਿਮਰਨ ਕੌਰ ਹੈ ਜੀ। ਓਕੇ, ਮਾਡਲਿੰਗ ਕਰਦੇ ਹੋ ਤੁਸੀਂ ਜਾਂ? ਹਾਂਜੀ। ਓਕੇ, ਚਲੋ ਬਹੁਤ ਵਧੀਆ। ਫਿਰ ਤਾਂ ਫੀਲਡ ਤੇ ਮਿਲ ਗਏ ਤੁਸੀਂ, ਹੈ ਨਾ? ਤੇ ਮੈਂ ਇਹ ਗੱਲ ਪੁੱਛੂੰਗਾ ਕਿ DGP ਪੰਜਾਬ ਅੱਜ ਉਹਨਾਂ ਨੇ ਇੱਕ ਪੋਸਟ ਪਾਈ ਹੈਗੀ, ਸੋ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਇਸ ਚੀਜ਼ ਬਾਰੇ ਮੈਂ ਇਹ ਕਹੂੰਗੀ ਕਿ ਇੱਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਇਹ ਬਹੁਤ ਵਧੀਆ ਚੀਜ਼, ਸਰਕਾਰ ਵੱਲੋਂ ਇੱਕ ਬਹੁਤ ਵਧੀਆ ਐਫਰਟ ਲਿਆ ਗਿਆ ਹੈ। ਜਿਵੇਂ ਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਵੀ ਲੜਾਈਆਂ ਝਗੜੇ ਮਗਰੋਂ ਹੁੰਦੇ ਆ, ਪਹਿਲਾਂ ਮੁੰਡਿਆਂ ਦਾ ਯੰਗ ਬਲੱਡ ਇੰਨਾ ਹੈ ਕਿ ਕੋਈ ਗੱਲ ਹੁੰਦੀ ਆ ਪਹਿਲਾਂ ਜ਼ਬਾਨੀ ਲੜਾਈ ਹੁੰਦੀ ਸੀ, ਥੱਪੜੋ ਥੱਪੜੀ ਹੁੰਦੇ ਸੀ ਲੋਕ, ਤਾਂ ਅੱਜ ਕੱਲ੍ਹ ਇੰਨੀ ਲੜਾਈ ਵਧੀ ਹੋਈ ਆ ਵੀ ਗਨ ਕੱਢਦੇ ਆ ਸ਼ੂਟ ਕਰ ਦਿੰਦੇ ਆ। ਤਾਂ ਇੱਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਇਹ ਬਹੁਤ ਵਧੀਆ ਐਫਰਟ ਲਿਆ ਗਿਆ ਹੈ ਕਿ ਚਲੋ ਗਨਸ ਨੂੰ ਤੁਸੀਂ ਬੈਨ ਕੀਤਾ, ਉਹ ਜੋ FIR ਦਰਜ ਹੁੰਦੀ ਆ ਜੇ ਕੋਈ ਉਹ 'ਤੇ ਪੋਸਟ ਪਾਉਂਦਾ। ਬਟ ਇੱਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਜਿਹੜੇ ਆਪਣੇ ਪੰਜਾਬੀ ਸਿੰਗਰ ਨੇ ਗਾਣਿਆਂ 'ਚ ਲਿਖਦੇ ਨੇ ਜਾਂ ਗਾਉਂਦੇ ਨੇ ਗਨਸ ਨੂੰ ਲੈ ਕੇ, ਤਾਂ ਜਿੱਦਾਂ ਲੋਕ ਅੱਜ ਕੱਲ੍ਹ ਬੱਚੇ ਜਿਹੜੇ ਟੀਨੇਜਰਸ ਹੁੰਦੇ ਆ ਜ਼ਿਆਦਾਤਰ 19-20-21-22 ਸਾਲਾਂ ਵਾਲੇ, ਉਹ ਬਹੁਤ ਫੋਲੋ ਕਰਦੇ ਆ ਸਿੰਗਰਸ ਨੂੰ, ਉਹਨਾਂ ਦੀ ਡਰੈਸਿੰਗ ਨੂੰ, ਉਹਨਾਂ ਦੇ ਬੋਲਣ ਦੇ ਤਰੀਕੇ ਨੂੰ ਜਾਂ ਜੋ ਗਾਉਂਦੇ ਨੇ ਉਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਆ। ਤਾਂ ਜਦੋਂ ਉਹ ਗਨ ਵਾਲੇ ਗਾਣੇ ਗਾਉਂਦੇ ਨੇ ਜਾਂ ਗਨ ਨੂੰ ਪ੍ਰਮੋਟ ਕਰਦੇ ਆਪਣੇ ਗਾਣਿਆਂ 'ਚ, ਤਾਂ ਓਬਵੀਅਸਲੀ ਉਸ ਚੀਜ਼ 'ਤੇ ਅੱਜ ਕੱਲ੍ਹ ਰੀਲਸ ਚੱਲੀਆਂ ਹੋਈਆਂ ਇੰਸਟਾਗ੍ਰਾਮ 'ਤੇ, ਉਹ ਚੀਜ਼ 'ਤੇ ਰੀਲ ਬਣਾਉਣ ਲਈ ਜਾਂ ਉਹ ਚੀਜ਼ 'ਤੇ ਕੋਈ ਆਪਣਾ ਐਕਟ ਦਿਖਾਉਣ ਲਈ, ਆਪਣੇ ਵਿਊ ਵਧਾਉਣ ਲਈ ਲੋਕ ਗਨ ਦਾ ਯੂਜ਼ ਕਰਦੇ ਆ। ਤਾਂ ਇਹ ਚੀਜ਼ਾਂ 'ਚ ਆਪਾਂ ਬਹੁਤ ਨੁਕਸਾਨ ਵੀ ਦੇਖੇ ਆ। ਪਿੱਛੇ ਇੰਨੀਆਂ ਖਬਰਾਂ ਆਪਾਂ ਸੁਣਦੇ ਹਾਂ ਵੀ ਕੋਈ ਲੜਾਈ ਹੋਈ ਥੋੜ੍ਹੀ ਜਿਹੀ ਜਾਂ ਗਨ ਨਾਲ ਫੈਮਿਲੀ ਨੂੰ ਸਾਰੀ ਨੂੰ ਮਾਰਤਾ, ਆਪ ਸੁਸਾਈਡ ਕਰ ਲਿਆ। ਤਾਂ ਇਹ ਚੀਜ਼ਾਂ ਨਾਲ ਨਾਲ ਜੇ ਤੁਸੀਂ ਬੈਨ ਕਰ ਰਹੇ ਹੋ ਇਹ ਵਧੀਆ ਵੀ ਗੱਲ ਆ, ਪਰ ਇਹਦੇ ਨਾਲ ਲੋਕਾਂ ਦਾ ਜਿਹੜਾ ਮਾਈਂਡ ਵਾਸ਼ ਕੀਤਾ, ਐਗਜੈਕਟ ਮਾਈਂਡ ਵਾਸ਼ ਨਹੀਂ ਕੀਤਾ ਜਾ ਸਕਦਾ ਇਹਦੇ ਨਾਲ ਵੀ ਤੁਸੀਂ ਜੇ FIR ਕਰੋਗੇ ਤਾਂ ਲੋਕਾਂ ਦਾ ਮਾਈਂਡ ਵਾਸ਼, ਕਿਉਂਕਿ ਜਿਹੜੇ ਲੋਕਾਂ ਨੇ ਇਲੀਗਲ ਅਸਲੇ ਰੱਖੇ ਹੋਏ ਆ ਨਾ, ਉਹ ਲੋਕ ਇਲੀਗਲ ਅਸਲੇ ਜਿਨ੍ਹਾਂ ਨੇ ਰੱਖੇ ਹੋਏ ਉਹਨਾਂ ਨੇ ਰੱਖਣੇ ਹੀ ਆ। ਇਹ ਤੁਹਾਨੂੰ ਪਹਿਲਾਂ ਜਿਹੜੀ ਆ ਗੁੰਡਾਗਰਦੀ ਆ, ਜਿਹੜਾ ਗੈਂਗਸਟਰ ਨੇ, ਇਹ ਸਾਰਾ ਕੁਛ, ਇਹ ਚੀਜ਼ਾਂ ਤੁਹਾਨੂੰ ਫੜਨੀਆਂ ਪੈਣਗੀਆਂ, ਇਹ ਚੀਜ਼ਾਂ ਜੜੋਂ ਮੁਕਾਉਣੀਆਂ ਪੈਣਗੀਆਂ। ਜਿਹੜੇ ਜਿਨ੍ਹਾਂ ਦਾ ਹੌਸਲਾ ਇੰਨਾ ਵੀ ਅਸੀਂ ਗਨ ਨਾ ਕਿਸੇ ਨੂੰ ਸ਼ੂਟ ਕਰ ਦਈਏ, ਉਹ ਬੰਦੇ ਤੁਹਾਨੂੰ ਐਕਚੁਅਲੀ ਫੜਨੇ ਪੈਣਗੇ, ਫਿਰ ਤੁਸੀਂ FIR ਤੁਹਾਡੀ ਕਰਨੀ ਕਿਸੇ 'ਤੇ, ਉਹ ਚੀਜ਼ ਦਾ ਫਿਰ ਮਤਲਬ ਹੋਊਗਾ। ਇੱਦਾਂ ਨਹੀਂ ਵੀ ਤੁਸੀਂ ਕਿਸੇ ਰੈਗੂਲਰ ਬੰਦੇ ਤੋਂ ਜੇ ਉਹਨੇ ਵੀਡੀਓ ਪਾਤੀ ਤੁਸੀਂ ਉਹ 'ਤੇ, ਆ ਪਿੱਛੇ ਜਿਹੜੇ ਜਲੰਧਰ ਦੇ ਵਿੱਚ ਉਹਨੇ ਪੀਜ਼ਾ ਬਣਾਉਂਦੇ ਨੇ, ਖੁੱਲੜ ਪੀਜ਼ਾ, ਉਹਨਾਂ 'ਚ ਮੈਂ ਥੋੜ੍ਹਾ ਜਿਹਾ ਕਲਿੱਪ ਦੇਖਿਆ ਸੀਗਾ, ਉਹ ਕੁੜੀ ਨੇ ਸ਼ਾਇਦ ਗਨ ਨਾਲ ਵੀਡੀਓ ਪਾਤੀ ਅਤੇ ਉਹ 'ਤੇ FIR ਵਗੈਰਾ ਹੋ ਗਈ ਸੀਗੀ। ਉਹ ਵਿਚਾਰੀ ਬਹੁਤ ਰੋਈ ਜਾਂਦੀ ਸੀ। ਚਲੋ ਉਹਨਾਂ ਨੇ ਤਾਂ ਕਿਸੇ ਨੂੰ ਹਾਰਮ ਨਹੀਂ ਕਰਨਾ, ਉਹਨਾਂ ਨੇ ਤਾਂ ਵੈਸੇ ਆਪਣੀ ਵੀਡੀਓ 'ਤੇ ਵਿਊਜ਼ ਜ਼ਿਆਦਾ ਵਧਾਉਣ ਲਈ ਉਹਨਾਂ ਨੇ ਵੀਡੀਓ ਪਾਤੀ। ਹੁਣ ਐਕਚੁਅਲੀ ਜਿਹੜੇ ਲੋਕ ਹਾਰਮ ਕਰਦੇ ਆ ਕਿਸੇ ਨੂੰ, ਕਿਸੇ ਦੀ ਉਹ ਇਹ ਵੀ ਨਹੀਂ ਸੁਣਦੇ ਜਦੋਂ ਸ਼ੂਟ ਕਰ ਦਿੰਦੇ ਆ, ਉਹ ਚੀਜ਼ਾਂ ਨੂੰ ਜੇ ਤੁਸੀਂ ਰੋਕੋ ਜਿਹੜੇ ਗੁੰਡਾਗਰਦੀ ਕਰਦੇ ਆ ਜਾਂ ਜਿਹੜੇ ਗੈਂਗਸਟਰ ਨੇ, ਜੇ ਤੁਸੀਂ ਉਹਨਾਂ ਨੂੰ ਰੋਕੋ, ਉਹਨਾਂ ਨੂੰ ਫੜੋ, ਤਾਂ ਫਿਰ ਇਹ ਚੀਜ਼ਾਂ ਦਾ ਵੀ ਜ਼ਿਆਦਾ ਫਾਇਦਾ ਹੈਗਾ ਆ। ਇਕੱਲੀ ਇਹ ਚੀਜ਼ ਦੇਖੀਏ ਵੀ ਇਹਦਾ ਜ਼ਿਆਦਾ ਫਾਇਦਾ ਆ, ਤੁਸੀਂ FIR ਕੱਟ ਦੋਗੇ ਜੇ ਕੋਈ ਗਨ ਪ੍ਰਮੋਟ ਕਰਦਾ ਹੈ, ਤਾਂ ਮੈਨੂੰ ਨਹੀਂ ਲੱਗਦਾ ਵੀ ਇਕੱਲੀ ਦਾ ਫਾਇਦਾ ਹੈ। ਤੁਸੀਂ ਦੋਹਾਂ ਨੂੰ ਫੜੋ। ਜਿਹੜੇ ਤੁਸੀਂ ਗਵਰਨਮੈਂਟ ਨੂੰ ਇਸ ਦੇ ਲਈ ਸਹੀ ਕਹੋਗੇ ਜਾਂ ਗਲਤ ਕਹੋਗੇ ਇਹ ਡਿਸੀਜਨ ਨੂੰ? ਨਹੀਂ, ਇਹ ਡਿਸੀਜਨ ਤਾਂ ਓਬਵੀਅਸਲੀ ਸਹੀ ਆ, ਜੇ ਦੇਖਿਆ ਜਾਵੇ ਤਾਂ ਸਹੀ, ਇੱਕ ਤਰੀਕੇ ਨਾਲ ਸਹੀ ਵੀ ਹੈਗਾ ਕਹਿ ਸਕਦੇ ਹਾਂ ਇੱਕ ਤਰੀਕੇ ਨਾਲ। ਚਲੋ ਹੁਣ ਜਿਹੜੇ ਲੋਕ ਆਪਣੇ ਗਾਣੇ ਕਰਦੇ ਨੇ, ਜਿਨ੍ਹਾਂ ਨੇ ਗਾਣਿਆਂ 'ਤੇ ਇੰਨਾ ਇੰਨਾ ਬਜਟ ਲਾਇਆ ਹੁੰਦਾ, ਜਿਨ੍ਹਾਂ ਨੂੰ ਹੁੰਦਾ ਕਿ ਸਾਡੀ ਵੀਡੀਓ ਸੋਹਣੀ ਲੱਗੇ ਦੇਖਣ 'ਚ, ਸਾਰੇ ਵਧੀਆ ਲੱਗੇ, ਉਹ ਲੋਕ ਵੀ ਚਾਹੁੰਦੇ ਆ ਕਿ ਸਾਡੀ ਵੀਡੀਓ ਇਹੋ ਜਿਹੀ ਹੋਵੇ ਕਿ ਸਾਰੇ ਦੇਖਣ ਉਹਨੂੰ ਵਧੀਆ ਵਧੀਆ ਤਰੀਕੇ ਨਾਲ। ਹੁਣ ਜਿੱਦਾਂ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਨੂੰ ਇਹ ਚੀਜ਼ਾਂ ਬਹੁਤ ਪਸੰਦ ਨੇ ਵੀ ਗੰਨਾ ਹੋ ਗਈਆਂ, ਇਹ ਹੋ ਗਿਆ, ਵੋ ਹੋ ਗਿਆ, ਇਹ ਚੀਜ਼ਾਂ ਮੁੰਡੇ ਕੁੜੀਆਂ ਲਾਈਕ ਕਰਦੇ ਨੇ। ਪਰ ਹੁਣ ਦੇਖੋ ਜਿੰਨੇ ਮੂੰਹ ਉਨੀਆਂ ਗੱਲਾਂ, ਆਪਣਾ ਆਪਣਾ ਆਪਣੀ ਆਪਣੀ ਸੋਚ ਆ, ਇਹ ਤਾਂ ਕੋਈ ਕਹਿੰਦਾ ਵੀ ਨਹੀਂ ਜੀ ਸਹੀ ਕੀਤਾ, ਕੋਈ ਕਹਿੰਦਾ ਗਲਤ ਕੀਤਾ, ਹੈ ਮੇਰੇ ਆਪਣੇ ਥੋਟਸ ਨੇ, ਮੇਰੇ ਆਪਣੇ ਵਿਊਜ਼ ਨੇ। ਅਤੇ ਤੁਸੀਂ ਕਹਿੰਦੇ ਹੋ ਕਿ ਮੈਂ ਮਾਡਲਿੰਗ ਕੀਤੀ ਹੈ ਨਾ, ਕਿਹੜੇ ਗਾਣੇ ਜਾਂ ਕਿਹੜੇ ਫਿਲਮ ਦੇ ਵਿੱਚ ਵਗੈਰਾ? ਓਕੇ ਜੀ, ਮੈਂ ਪੰਜਾਬੀ ਸੌਂਗ ਕੀਤੇ ਨੇ ਦੋ, ਇੱਕ ਹੈਰੀ ਮਿਰਜ਼ਾ ਐਂਡ ਇੱਕ LD ਫਜ਼ਲਕਾ ਨਾਲ। ਓਕੇ, ਹਾਂਜੀ। ਅਤੇ ਹੁਣ ਜੇ ਤੁਹਾਨੂੰ ਕੋਈ ਗਨ ਵਾਲਾ ਹੀ ਆ ਜਾਏ ਗਾਣਾ, ਕੋਈ ਕੜਕੇ ਦੜਕੇ ਵਾਲਾ ਕਿਸੇ ਵੱਡੇ ਆਰਟਿਸਟ ਦਾ, ਤੁਸੀਂ ਹਾਂ ਕਰੋਗੇ ਨਾ ਕਰੋਗੇ?
बिल्कुल हाँ करूँगी। मैनू जे किसी वधिया आर्टिस्ट का कोई गाना मिलेगा या मैनू काम मिलेगा किसी वधिया आर्टिस्ट ना करना तो उपरों मैनू चंगी अगले मैनू चंगे पैसे देंगे जी थोनू असी पर डे का इन्ना पे करते हैं तो मैं ये चीज़ नहीं देखूँगी भी उस मैनू गन नाल गन नू हाथ च फड़ के शूट करना पै रहा तो मैं नहीं करूँगी। मैं तो अपना फायदा देखूँगी ना ओबियसली। मतलब तुम एफ आई आर करवा तैयार हो? नहीं चलो ये तो हूँ जे वीडियो करे डायरैक्टर होणगे सारे होणगे तो वो ये चीज़ नू अपने ध्यान च रखणगे ही जे इदा करांगे तो इदा होऊगा। डायरैक्टर ने तो यह कहना ही नहीं है कि मतलब कि असी थोड़ी क्योंकि अगर उन्होंने थानू थोड़ा मंगया हुआ अमाउंट पे करना तो उन्होंने तो कहना कि असी तो उही करवाना है जो थानू किया है ना, उन्होंने फिर थोड़ी तो सुननी नहीं हैगी। नहीं चलो जे हुण एक कानून बनया होया सरकार दे तां चलो आपां सरकार दे खिलाफ तां नहीं जा सकते, सरकार दे खिलाफ जावांगे तां ओबवियसली आपां सरकार कित्थे आपां आम बंदे आ आपां कित्थे उहदे नाल निबड़ सकदे आ। बट द थिंग इज़ मेरा कहना तां इही आ कि एफ आई आर करन नालों या किसे ते करन नालों इहदे नाल बैटर इही होऊगा वी जे तुसीं जिहड़ी आ गुंडागर्दी आ गैंग वार्स आ इहनां नूं फड़ो जिहड़े लोकां दे पुत मर जांदे आ लोकां दे सारा कुछ खत्म हो जाता है। एक साढ़े पिछे जे मैं खबर सुनी सी अज तो 2 साल पुरानी कि कोई मुंडा सीगा उन्हें की किया किसी चीज़ नू टेंशन सी उहदे दिमाग ते उन्हें अपने पता नहीं किसी मामे चाचे का पिस्टल कढ़िया पिस्टल कढ़ के उन्हें सारी फैमिली अपनी मारती नाले वो एंड ते आप खत्म हो गया। मतलब इहो जिहियां चीज़ां जिहड़ियां हुंदियां कई लोग जे गन होवे ना इहो जिहियां चीज़ां ना करन प्लस जिहड़े बाय इंटेंशन किसी नू दुख दिंदे आ वो चीज़ां। तो इधर साढ़े नाल खोर तुसीं भी नाल मॉडलिंग ही करते हो? हाँ जी। तुसीं कहड़े गाने वगैरह दे विच कीता होया? मैं जग्गी करोड़ना कीता होया जाने मन सौंग आ जैली मंगारता। तो तुसीं की कहना चाहोगे इस चीज़ बारे? हम सरकार नूं तां गलत बोल नहीं सकते ओबवियसली। तुसीं फिर मतलब कि मॉडलिंग लाइन छड्डोगे? नहीं नहीं तां किवें छड्ड सकदे ना ਕੀ ਜੇ ਹੁਣ ਤੁਹਾਨੂੰ ਗਾਣਾ ਕੋਈ ਐਸਾ ਆ ਗਿਆ ਫਿਰ ਤੁਸੀਂ ਕੀ ਕਹੋਗੇ? ਇਸ ਲਈ ਕਰੂੰਗੀ ਮੈਂ ਆਪਦਾ ਪੇਸ਼ੈਂਟ ਪਹਿਲੇ ਵੇਖੂੰਗੀ। ਤੇ ਐਫ ਆਈ ਆਰ ਲਈ ਰੈਡੀ ਹੋ? ਨੋ। ਤੇ ਪੰਜਾਬੀ ਸਿੰਗਰਸ ਨੂੰ ਜ਼ਿੰਮੇਵਾਰ ਸਮਝਦੇ ਹੋ ਇਸ ਚੀਜ਼ ਦੇ ਲਈ? ਹਾਂ ਕਿੱਥੇ ਕਿੱਥੇ ਕਿੱਥੇ। ਕਿਹੜਾ ਸਿੰਗਰ ਲੱਗਦਾ ਕਿ ਸਭ ਤੋਂ ਵੱਧ ਉਹਨੇ ਪ੍ਰਮੋਟ ਕੀਤਾ ਆਪਣੇ ਗਾਣਿਆਂ ਦੇ ਵਿੱਚ ਹਥਿਆਰਾਂ ਨੂੰ? ਨਹੀਂ ਮੈਂ ਨਾਂ ਨਹੀਂ ਲੈਣਾ ਚਾਹੂੰਗੀ ਕਿਸੇ ਦਾ। ਵੈਰ ਨਹੀਂ ਪਾਉਣਾ? ਆਹੋ ਵੈਰ ਨਹੀਂ ਪਾਉਣਾ, ਸਭੀ ਆਪਦੇ ਆਪਦੀ ਤਾਂ ਬਹੁਤ ਵਧੀਆ ਹੈ ਨਾ, ਬਿਕੋਜ਼ ਹਰ ਕਿਸੇ ਸੌਂਗ ਦੇ ਵਿੱਚ ਅਸਲੀਅਤ ਹੈ ਹੀ। ਪੰਜਾਬੀ ਜਿਹੜੀ ਇੰਡਸਟਰੀ ਹੈ ਨਾ ਇਹ ਸਭ ਵੀ ਕੋਈ ਇੱਦਾਂ ਦਾ ਸੌਂਗ ਹੀ ਨਹੀਂ ਆ ਕਿ ਆਈ ਥਿੰਕ ਜਿੱਦਾਂ ਦੇ ਮਤਲਬ ਕਿਸੇ 'ਚ ਅਸਲਾ ਨਾ ਹੋਵੇ, ਮੈਂ ਵੀ ਚੱਲਦਾ ਹੀ ਨਹੀਂ ਉਹ ਗਾਣਾ ਤਾਂ ਕਰਕੇ। ਸੋ ਥੈਂਕ ਯੂ ਸੋ ਮਚ। ਜੋ ਅੱਜ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ 72 ਘੰਟਿਆਂ ਦੇ ਵਿੱਚ ਜਿਹੜੀ ਪੋਸਟ ਹੈਗੀ ਆ ਉਹ ਸਾਰੇ ਰਿਮੂਵ ਕਰ ਦਿਉ, ਵੀਡੀਓ ਸਾਰੀ ਰਿਮੂਵ ਕਰ ਦਿਉ ਵਰਨਾ ਐਫ ਆਈ ਆਰ ਦਰਜ ਹੋਊਗੀ, ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਤੇ ਇਹਦਾ ਕੀ ਅਸਰ ਹੋਊਗਾ ਉਹ ਸਾਰਾ ਕੁਝ ਤੁਸੀਂ ਵੀ ਆਪਣੀ ਰਾਏ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਦੱਸਣੀ ਹੈਗੀ ਹੈ, ਆਪਣੀ ਰਾਏ ਦੇਣੀ ਹੈਗੀ ਹੈ ਕਿ ਉਹ ਸਹੀ ਹੈ ਜਾਂ ਗਲਤ। ਅਤੇ ਚੈਨਲ ਸਤਰੰਗ ਨੂੰ ਜਿਨ੍ਹਾਂ ਨੇ ਅੱਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ। ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਦਿਓ ਆ ਗਿਆ, ਧੰਨਵਾਦ, ਸਤਿ ਸ਼੍ਰੀ ਅਕਾਲ।